ਸਾਸਤਰੀ ਗਾਲ ਬਿਰਜੀ ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ ਲਾਡਾ ਡਿਸਕਸਰ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਕਰ ਰਿਹਾ ਨਿੱਗਾ ਸਵਾਗਤ ਆਰ ਜਿਤਨੇ ਮੇਰੇ ਵੀਰ ਭੈਣ ਭਾਈ ਇਸ ਰੇਡੀਓ ਪ੍ਰੋਗਰਾਮ ਨੂੰ ਸੁਣ ਰਹੇ ਖਾਸ ਕਰਕੇ ਅਮਰੀਕਾ ਕੈਨੇਡਾ ਨਾਰਥ ਅਮਰੀਕਾ ਵਾਲੇ ਜਿਤਨੇ ਮੇਰੇ ਵੀਰ ਭਾਈ ਭੈਣ ਭਾਈ ਮਾਰੇ ਇਸ ਪ੍ਰੋਗਰਾਮ ਗੈਲ ਜੁੜੇ ਸਾਰਿਆਂ ਦਾ ਧੰਨਵਾਦ ਕਰ ਰਿਹਾ ਆਰ YouTube ਕੇ ਮਾਧਿਅਮ ਰਾਹੀਂ ਵੀ ਥੰਬ ਮਾਰੇ ਇਸ ਪ੍ਰੋਗਰਾਮ ਨੂੰ ਸੁਣਾ ਥਾਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਅਰ 2 ਤਰੀਕ ਯੋ ਕਹਿ ਲੋ ਵੀਰ ਕੱਲ ਤੇ ਅਰ ਕੱਲ ਕੀ ਆ ਕਾਫੀ ਗੱਲਾਂ ਬਾਤਾਂ ਵੀ ਥਾਰੇ ਗੱਲਾਂ ਪੰਜ ਸਾਂਝੀਆਂ ਕਰਾਂਗੇ ਅੱਜ 3 ਤਰੀਕ ਅਰ 3 ਤਰੀਕ ਦੀ ਪਹਿਲੀ ਬੜੀ ਖਬਰ ਕੱਲ ਸਖਬੀਰ ਬਾਦਲ ਕੀ ਕਾਫਲੇ 'ਪਾ ਹਮਲਾ ਹੋਇਆ ਪੰਜਾਬ ਦੇ ਵਿੱਚ ਮਾਂ ਕੱਲ ਭਿੱਖੀਬਿੰਡ ਅਰ ਜਲਾਲਾਬਾਦ ਇਲਾਕੇ ਦੇ ਵਿੱਚ ਮਾਂ ਸਰਿਆਮ ਗੋਲੀਆਂ ਚਲੀਆਂ ਅਰ ਯੋ ਕਹਿ ਲੋ ਵੀ ਕਾਨੂੰਨ ਵਿਵਸਥਾ ਦਾ ਨੰਗਾ ਨਾਚ ਕੱਲ ਪੰਜਾਬ ਦੇ ਵਿੱਚ ਮਾਂ ਦੇਖਣ ਨੂੰ ਮਿਲਿਆ ਅਰ ਇਸਕੇ ਗੈਲਗੈਲ ਵੀਰੋ ਪੰਜਾਬ ਕੇ ਗੈਨ ਲੱਗ ਰਿਆਂ ਹਰਿਆਣਾ ਹਰਿਆਣੇ ਕੇ ਵਿੱਚ ਮਕਸਾਨਾ ਕੇ ਹੱਕ ਮਾ ਜੀ ਜੇ ਪੀ ਕੇ ਲੀਡਰਾਂ ਨੇ ਪਾਰਟੀ ਛੱਡਤੀ ਅਹੁਦੇ ਛੱਡਤੇ ਦਸੰਤ ਚਟਾਲਾ ਖਾਤਰ ਬੜੀ ਮੁਸ਼ਕਲ ਖੜੀ ਹੋਗੀ ਆ ਰਜਿਥਾ ਪਰਸੋ ਸ਼ਖਬੀਰ ਬਾਦਲ ਪ੍ਰਕਾਸ਼ ਬਾਦਲ ਦਾ ਛੋਕਰਾ ਜਾ ਕ ਆਇਆਤਾ ਯੁਰਕਿਸ਼ਟ ਕੈਤਪਾ ਈਬ ਇਸ ਬਾਰਡਰ ਕੇ ਉਪਰ ਸੰਜੇ ਰਾਉਤ ਵਾ ਵੀ ਪਹੁੰਚ ਗਿਆ ਆਪਣੇ ਬੰਦਿਆ ਲੈ ਕੇ ਸੰਜੇ ਰਾਉਤ ਕਹ ਰਿਹਾ ਕਹਾ ਵੀਰ ਕਹਾ ਇਹ ਅੰਦੋਲਨ ਨੂੰ ਮਜ਼ਬੂਤ ਕਰਨੇ ਦੀ ਲੋੜ ਹੋਰ ਮਜ਼ਬੂਤ ਕਰਾਂਗੇ ਪੰਜਾਬ ਕੇ ਜਿਹੜੇ ਉਹ ਸ਼ਿਵ ਸੈਨ ਵਾਲੇ ਵੀ ਨਾ ਕਾ ਪਤਾ ਨਹੀਂ ਕੀ ਬਣੇਗਾ ਸੰਜੇ ਰਾਉਤ ਤੋਂ ਪਹੁੰਚ ਗਿਆ ਕੈਪਟਨ ਨੇ ਆਲ ਪਾਰਟੀ ਮੀਟਿੰਗ ਕੱਲ ਸੱਦੀ ਦੀ ਆਮ ਆਦਮੀ ਪਾਰਟੀ ਨਾਲ ਫੇਰ ਝੋਲਾ ਚੱਕ ਲਿਆ ਬਣਾ ਫੇਰ ਬਾਹਰ ਨਿਕਲ ਗਏ ਅਦਾਲਤ ਨੇ ਕੱਲ ਪੱਤਰਕਾਰ ਮਨਦੀਪ ਪੁੰਨੀਆਂ ਨੂੰ ਜ਼ਮਾਨਤ ਦੇਤੀ ਸੰਕੀਤ ਕਿਸਾਨ ਮੋਰਚੇ ਨੇ ਸਰਕਾਰ ਕੇ ਮੂਰੇ ਸਰਤਾ ਰੱਖਤੀਆਂ ਕਾ ਪਹਿਲਾ ਯੋ ਸਰਤਾ ਪੂਰੀਆ ਕਰੋ ਫਿਰ ਮੀਟਿੰਗ ਕਰਾਂਗੇ ਕਿਸਾਨ ਅੰਦੋਲਨ ਤੇ ਯੋ ਕਹਿ ਲੋ ਵੀ ਪਾਕਿਸਤਾਨ ਕੀ ਅੱਖ ਕੈਪਟਨ ਨੇ ਸਰਬ ਬੈਟ ਕੇ ਵਿਚ ਮਚਤਾਬ ਨਹੀਂ ਦੇਤੀ ਔਰ ਪਾਕਿਸਤਾਨ ਵਾਲਿਆਂ ਕਾ ਇੱਕ ਬਹੁਤ ਸ਼ਰਮਿੰਦਾ ਕੰਮ ਮਾਰੇ ਯੋ ਕਨੇਡਾ ਕੇ ਵਿਚ ਮ ਹੋਇਆ ਯੋ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨ ਕੀ ਇੱਕ ਯੋ 에ਅਰ ਹੋਸਟ ਯੋ ਕੱਲ ਯੋ ਬਾਡਰ ਛੱਡ ਗਿਆ ਯੋ 에ਅਰਪੋਰਟ ਛੱਡ ਗਿਆ ਬਣੀ ਕਿਹੜੇ ਪਾਸਾ ਗੁੰਮ ਹੋ ਗਈ ਇਸ ਨੂੰ ਪਾੜ ਰੇਵਾ ਪਰ ਪਹਿਲਾ ਬੜੀ ਖਬਰ ਦੇ ਪਰ ਚਲਾ ਵੀਰ ਜਲਾਲਾਬਾਦ ਕੀ ਬਾਤ ਕਰਾਂ ਜਲਾਲਾਬਾਦ ਦੇ ਵਿੱਚ ਮਾ ਸ਼ਰੋਮਣੀ ਕਾਲੀ ਦਲ ਕਾ ਪ੍ਰਧਾਨ ਸ਼ਕੀਰ ਬਾਦਲ ਬਾਪੂ ਪ੍ਰਕਾਸ਼ ਬਾਦਲ ਕਾ ਛੋਕਰਾ ਇਸਕੇ ਕਾਫਲੇ ਪਰ ਫੈਰੰਗ ਹੋ ਗਈ ਗੋਲੀਆਂ ਚੱਲ ਗਿਆ ਦੇਖ ਲੋ ਵੀਰ ਟਾਈਮ ਟਾਈਮ ਕੀ ਬਾਤ ਹੋਦਾ ਇੱਕ ਟਾਈਮ ਤਾਂ ਜਦ ਸੁਖਵੀਰ ਬਾਦਲ ਕੇ ਕਾਫਲੇ ਪਾ ਚਿੜੀ ਵੀ ਵਿਠਣੀ ਦੀ ਕਰ ਸਕਦੀ ਈਬ ਦੇਖ ਲਓ ਇਹ ਵਿਰੋਧੀਆਂ ਕਿ ਇਤਨੀ ਜਿਆਦਾ ਹੌਸਲੇ ਬਲੰਦ ਹੋ ਗਏ ਜਿਹੜੇ ਇਸਕੇ ਵਿਰੋਧੀ ਸਰਯਾਮ ਗੋਲੀਆਂ ਚਲਾ ਰਹੇ ਸਰਯਾਮ ਗੋਲੀਆਂ ਚੱਲ ਰੀਆਂ ਕੈਪਟਨ ਸਰਕਾਰ ਕੇ ਉੱਪਰ ਸਵਾਲ ਖੜੇ ਹੋ ਗਏ ਜੈਡ ਪਲੱਸ ਸਿਕਿਉਰਿਟੀ ਇਹ ਮੈਨੂੰ ਸਮਝ ਬਣਾ ਨਹੀਂ ਆ ਰਹੀ ਜਿਹੜੇ ਪੁਲਿਸ ਵਾਲੇ ਜੈਡ ਪਲੱਸ ਰੱਖੇ ਹੋਏ ਜੈਡ ਪਲੱਸ ਕੋਈ ਇਹਨਾਂ ਨੂੰ ਜੰਗ ਜੂੰਗ ਲੱਗ ਗਿਆ ਜੈਡ ਜੇ ਜੈਡ ਪਲੱਸ ਰੱਖਿਆ ਪ੍ਰਾਪਤ ਸੁਖਵੀਰ ਬਾਦਲ ਗੋਲੀ ਚੱਲ ਸਕਾ ਫਿਰ ਆਮ ਆਦਮੀ ਜਿਹੜਾ ਬੰਦਾ ਉਰਾ ਫਿਰ ਰਿਆ ਇਸਕਾ ਤਾਂ ਰੱਬ ਰੱਖਾ ਆਮ ਬੰਦੇ ਜਿਹੜੇ ਲੋਕ ਰੋੜਾ ਬਸ ਔਖਾ ਮਾਰ ਲੇਗੇ ਜੈਡ ਪਲੱਸ ਵਾਲੇ ਨੇ ਬਖਸ਼ੇ ਫਿਰ ਆਮ ਆਮ ਬੰਦੇ ਦਾ ਕੀ ਬਣੇਗਾ ਯੋਹੀ ਬਾਤ ਯੋ ਬੋਧੀ ਸਾਹਿਬ ਨੂੰ ਸਾਂਝੜੇਗੀ ਲੋੜ ਥਾਮ ਕਹਰੇ ਕਾ ਉਰਾ ਲੋਹੇ ਕੇ ਸਰੀਏ ਗਾੜਤੇ ਸੜਕ ਕੇ ਵਿਚਵਾ ਯੋ ਜੇ ਤੋੜਨ ਪਰ ਆ ਗਏ ਯੋ ਤੋ ਕਹਾ ਵੀਰ ਯੋ ਤੋ ਕਹਾ ਯੋ ਮੈਕਸੀਕੋ ਲਈ ਕੰਧਾਂ ਤੋੜ ਕੇ ਲੰਘੇ ਲੰਘਣੇ ਵਾਲੇ ਤੋ ਯੋ ਵੀਰ ਯੋ ਫਿਰ ਕੌਣ ਰੋਕ ਲੇਗਾ ਜੈਡ ਪਲੱਸ ਵਾਲਿਆਂ ਦਾ ਯੋ ਹਾਲ ਆਮ ਲੋਕਾਂ ਦਾ ਕੀ ਬਣੇਗਾ ਮਜੀਠਿਆ ਯੋ ਜਿਹੜਾ ਪ੍ਰਕਾਸ਼ ਬਾਦਲ ਦਾ ਰਿਸ਼ਤੇਦਾਰ ਮਾਸੜ ਯੋ ਲਗਾ ਪ੍ਰਕਾਸ਼ ਬਾਦਲ ਮਜੀਠੇ ਦਾ ਮਾਸੜ ਆਰ ਵੀਰ ਯੋ ਕੱਲੋ ਮਜੀਠੇਂ ਦੋਸ ਲਾਇਆ ਕਰ ਗ੍ਰਹਿ ਮੰਤ్రਾਲੇ ਕੈਪਟਨ ਮਰੀਂਦਰ ਕੇਪਾ ਆਰ ਕਹਾ ਵੀ ਯੋ ਡੇਢ ਸਾਲ ਤੇ ਘਰ ਬੈਠਿਆ ਕਾ ਨਾ ਪਤਾ ਸੜਕਾਂ ਕਿੱਧਰ ਜਾ ਰਹੀਆਂ ਕਿੱਧਰ ਸੀਸਮਾ ਫਾਰਮਾ ਬੈਠੇ ਕਾ ਸਭ ਤੋਂ ਬਾਾਰ ਕਾ ਕੀ ਆ ਦੁਨੀਆਦਾਰੀ ਇਹਨਾਂ ਨੂੰ ਪਤਾ ਹੀ ਨਹੀਂ ਕਿਸੇ ਚੀਜ਼ ਦੀ ਸੂਬੇ ਦੇ ਵਿੱਚ ਮਾ ਕਾਨੂੰਨ ਬਸਤਾ ਕਾ ਕੀ ਹਾਲ ਹੋਗਾ ਲੋਕਾਂ ਨੂੰ ਕਾ ਦਿਖਦਾ ਨਹੀਂ ਕਾ ਇਹਨਾਂ ਨੂੰ ਯੋ ਬੈਠੇ ਰਾਮ ਗਿਲ ਕਾਂਗਰਸ ਕਾ ਚੋਣਾ ਤੇ ਭਜਰੇਗਾ ਇੱਕ ਵਾਦਾ ਨਹੀਂ ਪੂਰਾ ਕਰਿਆ ਹੈ ਆ ਕਾਂਗਰਸ ਚਾਹ ਵੀ ਲੋਕਾਂ ਨੂੰ ਡਰਾ ਤਮਕਾ ਕਾ ਕਾ ਵੋਟਾਂ ਜਿੱਤ ਲੰਗੇ ਵੈਸੇ ਇਹ ਮਜੀਠੀ ਦੀ ਬਾਤ ਯੋ ਧਿਆਨ ਗੱਲ ਸੋਚਾਂ ਫਿਰ ਬਾਤ ਵੀ ਸਹੀ ਇਬ ਰਾਜੇ ਨੂੰ ਲੱਗ ਰਿਹਾ ਤਾਂ ਕਹੇ 4 ਸਾਲ ਕਾ ਮौजियां ਕਰੋ 4 ਸਾਲ ਤੇ ਬਾਅਦ 5ਵੇਂ ਸਾਲ ਮਾ ਕਰਾਂਗੇ ਗਰਾਂਟਾਂ ਕੀ ਯੋ ਜੜੀ ਬਰਸਾਤ ਪੈਸਾ ਲਾ ਦੇਗੇ ਗਲੀਆਂ ਨਾਲੀਆਂ ਪੱਕਿਆ ਕਰਾ ਦੇਗੇ ਲੋਕ ਤਾਂ ਤਾਜ਼ਾ ਲਿਪਿਆ ਦੇਖਾਂ ਯੋ ਕੰਮ ਤਾਂ ਪਰ ਈ ਪਹਿਲਾ ਕਰੋਨੇ ਨੇ ਟਾਕਾ ਗੇਰ ਲਈ ਕਾਂਗਰਸ ਕੀ ਸਰਕਾਰ ਇਹ ਬਰੈਂਦੀ ਖੁੰਦੀ ਕਸਰੀਓ ਦਿੱਲੀ ਮੋਰਚੇ ਵਾਲਿਆਂ ਨੇ ਕਰਤੀ ਪੂਰੀ ਪੈਸਾ ਲਾ ਮੈਂ ਦਿਖਦਾ ਨਹੀਂ ਪਤਾ ਨਹੀਂ ਲੱਗਦਾ ਨਹੀਂ ਤਾਂ ਪਹਿਲਾ ਯੋ ਕੈਪਟਨ ਜੇ ਇੱਕ ਪਾਣੀ ਵਾਲੀ ਟੈਂਕੀ ਕੀ ਤਗਾਡਨ ਕਰ ਜੇਗਾ ਬਾਹ ਹੀ ਦੇਖ ਲੋ ਵੀਡੀਓ ਮਾਝੇ ਕਰਦਾ ਪਾਣੀ ਵਾਲੀ ਟੈਂਕੀ ਕਦ ਤੱਕੜਨ ਕਰ ਗਿਆ ਕੈਪਟਨ ਈ ਵੀ ਉਹ ਕੰਮ ਹੈ ਨਹੀਂ ਕਾ ਡੇਢ ਸਾਲ ਹੋ ਗਏ ਘਰਾਂ ਬੈਠੇ ਕਾ ਕੋਠੀ ਵਿੱਚ ਬੰਜਾਰੇ ਲੁੱਟ ਰਹੇ ਇਹਨਾਂ ਨੂੰ ਪਤਾ ਹੈ ਨਹੀਂ ਦੁਨੀਆਦਾਰੀ ਕਾ ਇਹ ਬਡਰਾ ਵੀ ਲੋਕਾਂ ਨੇ ਕਾਲੀ ਦਲ ਨੂੰ ਵੋਟ ਪਾਣੀ ਔਰ ਯੋ ਕਮੇਟੀ ਦੀ ਵੋਟਾਂ ਇਹਨਾਂ ਨੇ ਹਾਰ ਨਹੀਂ ਇਸ ਕਰ ਕਾ ਆਇਓ ਡਾਂਗਾ ਛੋਟੇ ਚੱਕੀ ਫਿਰ ਰਹੇ ਔਰ ਦੋ ਸਲਾਇਆ ਕਾ ਹਮਲੇ ਕੀ ਪਹਿਲ ਕਹਾ ਪਹਿਲਾਂ ਦੇ ਤਿਆਰ ਕਰੀ ਦੇ ਪੈਟਰੋਲ ਬੰਬ ਰੱਖੇ ਵੇ ਦਿਖਾ ਉੱਥਾ ਕੈਪਟਨ ਕੇ ਗੁੰਡਾਗਰਦੀ ਕਾ ਇਸਨੇ ਬਹੁਤ ਕਰੀ ਕਾ ਡੀਸੀਆਰ ਐਸਡੀਐਮ ਦਫ਼ਤਰ ਕੇ ਬਾਹਰ ਇਸ ਤਰ੍ਹਾਂ ਕੇ ਹਾਲਾਤ ਹੋ ਗਏ ਕਾ ਇਹ ਚੋਣਾਂ ਮੈਂ ਸ਼ਾਂਤੀਪੂਰਨ ਹੋ ਜਾਏਗਾ ਕੰਮ ਇਹ ਵੀ ਕਾਂਗਰਸ ਵਾਲੇ ਕਾ ਇਸ ਤਰ੍ਹਾਂ ਧੱਕਾ ਕਰ ਰਹੇ ਜਦ ਕੱਲੂ ਵੋਟਾਂ ਫੇਰ ਤੋਂ ਕਹਾ ਉਹਦਾ ਕਿਰਪਾਨਾ ਡਾਂਗਾ ਛੋਟੇ ਤੋਂ ਗੋਲੀਆਂ ਚੱਲ ਗਈਆਂ ਪੈਟਰੋਲ ਬੰਬ ਚੱਲ ਗਏ ਅੱਗਾ ਕੀ ਬਣੇਗਾ ਚੋੜ ਕਮਿਸ਼ਨ ਵਾਲਾ ਲੈਟਰ ਕੱਢਤਿਆ ਫੇਰ ਕਾ ਟਾਈਮ ਪਾ ਕਾਰਵਾਈ ਦਾ ਹੋਏਗਾ ਨਿਰਪੱਖਤਾ ਗਲਗਾ ਹੋ ਨਹੀਂ ਸਕਦੀ ਮਜੀਠੀਆਂ ਨੇ ਇਹੋ ਕਿਹਾ ਵੀ ਆਲ ਪਾਰਟੀ ਮੀਟਿੰਗ ਭਾਜਪੀ ਨੂੰ ਖੁਸ਼ ਕਰਨ ਖਾਤਰ ਬੁਲਾਈ ਕਹਾ ਕਾਂਗਰਸ ਕਾ ਹੈ ਭਾਜਪਾ ਕੇ ਸਾਰੇ ਬਕਾਮ ਮੰਗ ਰਹੀ ਕਹਾ ਕੈਪਟਨ ਕਹਾ ਰਾਜੀ ਨੇ ਕਿ ਉੱਥਾ ਕੇ ਆਣਾ ਮੋਦੀ ਨੇ ਕਹਾ ਆਲ ਪਾਰਟੀ ਮੀਟਿੰਗ ਬੁਲਾ ਕੇ ਇਹਨਾਂ ਨੂੰ ਕਰ ਲੈ ਗੋਲ ਮੋਲ ਜੀਆਂ ਬਤਾਂ ਬਾਹੀ ਕੰਮ ਕਰਿਆ ਕਹਾ ਹੀ ਉਹ ਯੋ ਬੀਰ ਥਾਨੂ ਦਸਾਬੀ ਯੋ ਹਰਸੀਮਰਤ ਕੌਰ ਬਾਦਲ ਇਸ ਕਾ ਭਾਈ ਆਰਾ ਯੋ ਵਿਕਰਮ ਜਿਠਿਆ ਸਗਵੀਰ ਬਾਦਲ ਕਾ ਸਾਲਾ ਹਰੀਨੇ ਬਹੁਤ ਫੜਾਸ ਕੱਢੀ ਵੀਰੋ ਜੋ ਕਹ ਬਹੁਤ ਸਕ ਨਖੇਦੀ ਕਰਾਂਗਾ ਯੋ ਚਲਾਤੀ ਉੱਥਾ ਯੋ ਦੋ ਸਗਵੀਰ ਬੈਗਾ ਦਾ ਪੈਰਾ ਭਾਰ ਉੱਥਾ ਯੋ ਕਹ ਰ ਆਪਾਂ ਸਾਬਲੀ ਕਾ ਉੱਠੇਗੇ ਔਰ ਕੱਲ ਉੱਠਾ ਬਹੁਤ ਯੋ ਚੀਨੂ ਲੇਗਾ ਤੋ ਤੂ ਮੈਂ ਹੋ ਗਈ ਬਹੁਤ ਜਿਆਦਾ ਵੀਰ ਔਰ ਇਸ ਕੀ ਕਈ ਪਾਰਟੀਆਂ ਨੇ ਨਖੇਦੀ ਕਰੀ ਕਾ ਯੋ ਗਲਤ ਕਰਿਆ ਕਾ ਇਤਨਾ ਥੋੜੀ ਹੋਵਾ ਕਰਾਂ ਹੰਬਲਾਗਾ ਡਾਂਗਾ ਫੇਰੀਆਂ ਗਾਯੋ ਬਾਤ ਬਣਾ ਗਾਯੋ ਜੈਡ ਪਲਸ ਕਿਉਟੇਲ ਲੱਜੀ ਪੈਨ ਕਿਦੋਂ ਲਾਂਗੇ ਕਿਹੜੇ ਖੁੰਜਾਂ ਮੜ ਗਏ ਵੀਰ ਆਰ ਜੋ ਕੱਲ ਵੀ ਕੱਲ ਤੋਂ ਬਾਓ ਬੜਾ ਖਲੇ ਸਿੜ ਗਿਆ ਉੱਥਾ ਇਸੀ ਕਰਕੇ ਵੀਰ ਯੋ ਕੱਲ ਯੋ ਤਣਾ ਪੂੰਡ ਰਿਆਰ ਤੁਹਾਨੂੰ ਮੈਂ ਤਰਨ ਤਰਨ ਕੀ ਵੀ ਨਾਲ ਕੀ ਗੱਲ ਮੜੀ ਅਪਡੇਟ ਦੇ ਦਿਆਂ ਜਲਾਲਾਬਾਦ ਮਾਂ ਕਾਂਗਰਸ ਸਰਕਾਰ ਦੀ ਝਟਪ ਤੇ ਬਾਦ ਤਰਨ ਤਰਨ ਮਾਂ ਵੀ ਉਹ ਡਾਂ ਖੜਕੀ ਅਰ ਤਰਨ ਤਰ ਕੇ ਪਿੱਖੀ ਬਿੰਡਵਾ ਇਹ ਛਾੜੂ ਵਾਲੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਬਰਕਰਨ ਦੋਸਲਾ ਵੀ ਕਾਂਗਰਸਾਂ ਨੂੰ ਬੁਰਾ ਬੜਕਾਏਗਾ ਮਾਰੇ ਬੰਦੇ ਇਨਾਂ ਨੇ। ਤਾਂ ਨਾਮ ਜੱਦੀ ਖੋਣ ਹੀ ਗੋਸ ਕਰੀ ਕਾ ਦਰਸ ਰੋਮਣੀ ਕਾਲੇ ਜਲਾਲਾਬਾਦ। ਅਰ ਤਰਨਤਾਨ ਦੇ ਵਿੱਚੋਂ ਆਮ ਆਦਮੀ ਪਾਰਟੀ ਛਾੜੂ ਵਾਲੇ ਕਾ ਯੋ ਟਾਲੇ ਕਾ ਮਾਨੂੰ ਕਾਂਗਰਸਾਂ ਟਾਇਆ ਕਾ। ਹਾਲਕਾ ਜਲਾਲਾਬਾਦ ਨਗਰ ਨਿਗਮ ਚ ਯੋ ਪੱਤਰ ਭਰਨ ਗਏ ਤੇ ਤਾਂ ਕਾਂਗਰਸ ਕਾਲੇ ਮੈਂ ਛੜ ਫੋਜ ਲਈ ਦੱਸੀ ਤੁਹਾਨੂੰ। ਤਹਿਸੀਲ ਕੰਪਲੈਕਸੋਂ ਬਹੁਤ ਯੋ ਡਾਂਗਾ ਗੋਲੀਆਂ ਚੱਲੀਆਂ ਆ ਰਹੀ ਸੀ ਕਾ ਤਰਨਤਾਨ ਦੇ ਪੀਖੀ ਵਿੱਡਵਾ ਵੀ ਉਹੀ ਕੰਮ ਹੋਇਆ। ਇਸ ਕੀ ਕੋਰ ਨਿੱਦਾ ਕਦੀ ਕੱਲ ਕੱਲਿਆ ਨੇ ਆਰ ਇਸ ਕੇ ਗੱਲ ਗੱਲ ਕਿਸਾਨਾਂ ਦੇ ਹੱਕ માં ਜਜਪੀ ਯੋ ਤੁਹਾਨੂੰ ਦੱਸ ਦਿਆਂ ਵੀ ਉਹ ਜਜਪੀ ਖੜੀ ਹੋ ਗਈ ਆ ਕਿਸਾਨ ਅੰਦਲ 2 ਮਹੀਨੇ ਤੇ ਬਾਦੋਂ ਕੰਦਲ ਲਗਾਤਾਰ ਵਧਦਾ ਜਾ ਰਿਹਾ ਅੰਦੁਲਨ ਤੇਜ ਹੋ ਰਿਹਾ ਲਗਾਤਾਰ ਅਸਤੀਫੇ ਦੀਆਂ ਝੜੀਆਂ ਚੱਲ ਰੀਆਂ ਅਸਤੀਫੇ ਕਰਨਾਲ ਤੇ ਵੀ ਨਵਾਂ ਨਿਕਲ ਕਾਇਆ ਇੱਕ ਅਸਤੀਫਾ ਆਰ ਜਜਪੀ ਕਾ ਲੀਡਰ ਆ ਇਸ ਨੇ ਯੋ ਮਤਲਬ ਆਪਣਾ ਅਸਤੀਫਾ ਕੱਢ ਤਿਆ ਜਜਪੀ ਕਾ ਨੇਤਾ ਜ਼ਿਲ੍ਹਾ ਵਰਦਾਨ ਇੰਦਰਜੀਤ ਗਾਇਆ ਨੇ ਅਸਤੀਫਾ ਦੇ ਤਿਆਰ ਪਾਰਟੀ ਕਾਲ ਜੁੜਿਆ ਅਹੁਦਾ ਵੀ ਛੱਡ ਤਿਆ ਵਾ ਕਹਿ ਰਿਹਾ ਕਾ ਵੀ ਮੈਂ ਆਪਣੇ ਨਿੱਜੀ ਲਾਭ ਨਹੀਂ ਦੇਖ ਸਕਦਾ ਕਿਸਾਨਾਂ ਕੇ ਗੈਲ ਖੜਾਂਗਾ ਆਵਾਜ਼ ਬੁਲੰਦ ਕਰਾਂਗਾ ਲਗਾਤਾਰ ਅੰਦੋਲਨ ਮੈਂ ਜੰਦਾ ਰਹਾਂਗਾ ਇਹੋ ਬਾਤ ਕਹੀ ਆਰ ਸਨਿਤ ਸੰਤ ਚਟਾਲਾ ਸਰਕਾਰ ਤੇ ਕਿਸਾਨਾਂ ਕੇ ਦਰਮਿਆਨ ਬਣੇ ਇਹੋ ਵਿਚੋਲੇ ਬਣ ਕੇ ਹੀ ਸੀਕਰ ਕਦ ਉੱਚਾ ਹੋ ਰਿਹਾ ਕਾ ਸਰਕਾਰ ਕੀ ਗੱਲ ਨਹੀਂ ਕਰੀ ਕਾ ਸੀਕਰ ਕਾ ਇਹੋ ਕਾ ਮੈਂ ਤੋ ਬਹੁਤ ਦੁਖੀ ਕਾ ਸੀਕਰ ਕਾ ਅਸਤੀਫਾ ਦੇ ਰਿਹਾ ਆਰ ਇਸਕੇ ਗੈਲਗਲ ਵੀਰੋ ਤੁਹਾਨੂੰ ਪਤਾ ਵੀ ਉਹ ਰਕੇਸ਼ ਤਕੈਤ ਕੀ ਸਮਝਬਾ ਨਹੀਂ ਆ ਰਹੀ ਉਹ ਤਾਂ ਸਾਰੇ ਲੀਡਰਾਂ ਘੇਰ ਘੇਰ ਕੇ ਕੱਲੇ ਆ ਰਿਹਾ ਉੱਥਾ ਪਹਿਲਾ ਪ੍ਰਕਾਸ਼ ਯੋ ਪਹਿਲਾ ਇਸਨੇ ਕੇਜਰੀਵਾਲ ਨੂੰ ਕਿਹਾ ਪਾਣੀ ਵਾਲੇ ਟੈਂਕਰ ਆ ਖੁੱਡੀਆਂ ਭੇਜ ਹਰ ਕੇਜਰੀਵਾਲ ਨੇ ਜਰਨੈਲ ਦੀ ਡਿਊਟੀ ਲਈ ਪਾਣੀ ਦੇ ਟੈਂਕਰ ਲਈ ਘਰ ਖੁੱਡੀਆਂ ਲਈ ਕਾ ਪਹੁੰਚਿਆ ਉੱਥਾ ਹਰ ਫਿਰ ਯੋ ਪ੍ਰਕਾਸ਼ਵਾਲ ਦਾ ਛੋਕਰਾ ਯੋ ਜਾ ਕੇ ਆਇਆ ਇਹ ਵ ਖੇਤੀਗੁਰੂ ਨਾਲ ਖਿਲਾਫ ਯੋ ਗਾਜੀਪੁਰ ਬਾਰਡਰ 'ਤੇ ਬੈਠਿਆ ਸੀਪ ਸੈਨਾ ਕਾ ਯੋ ਬੁਲਾਰਾ ਸੰਜੀਤ ਰਾਉਤ ਇਹ ਪਹੁੰਚ ਗਿਆ ਉੱਥਾ ਗਾਜੀਪੁਰ ਬਾਰਡਰ ਦਾ ਅਰ ਉਤਰੇ ਭਾਰਤ ਕਿਸਾਨੀ ਨੂੰ ਬੁਲਾ ਰਕੇ ਇਸ ਕਾਇਤ ਇਸ ਨਾਲ ਮੁਲਾਕਾਤ ਕਰੀ ਪਾਰਟੀ ਦਾ ਮਾਰੀਗਾ ਸਮਰਥਨ ਕਹਾ ਵੀਰ ਤਾਉ ਫਿਕਰ ਨਾ ਕਰ ਕਿਸੇ ਵੀ ਤਰ੍ਹਾਂ ਟੈਂਸ਼ਨ ਕਰ ਲੋੜ ਨਹੀਂ ਆਪਾ ਤੇਰੇ ਗੈਲ ਸੰਜੇ ਰਾਉਤ ਕਹਿੰਦਾ ਮੈਂ ਕਹਾ ਮੰਨੂ ਇਹੋ ਕਹਿ ਰਿਹਾ ਬਈ ਠਾਕਰੇ ਜੀ ਨੇ ਕਹਾ ਮੰਨੂ ਇਸਕੇ ਵਿੱਚ ਮਾ ਕਹਾ ਵੀ ਠਾਕਰੇ ਜੀ ਨੇ ਖਾਸ ਤੌਰ ਵਾ ਭੇਜਿਆ ਮਹਾਰਾਸ਼ਟਰ ਦਾ ਮੁੱਖ ਮੰਤਰੀ ਉਹ ਇਸ ਦਾ ਸਮਰਥਨ ਵਾਤਾ ਕਾ ਵੀ ਉਹ ਜਿਹੜਾ 26 ਤਰੀਕ ਨੂੰ ਕਾ ਹੋਇਆ ਡਾਂਗ ਸੋਟਾ ਇਹ ਮਾਹੌਲ ਦੇ ਕਰਕੇ ਇਸਟ ਕਹਿ ਦਿਆ ਅੱਖਾਂ ਭਰੀਆਂ ਬਸ ਇਹ ਕਹਿ ਲੋ ਇਸ ਤੇ ਬਾਅਦ ਇਹ ਕੰਮ ਸਾਰਾ ਹਿੱਲ ਗਿਆ ਆਰ ਇੱਕ ਵਾਰ ਫਿਰ ਸਰਕਾਰ ਵਾਸਤਾ ਬੜੀ ਟੈਂਸ਼ਨ ਖੜੀ ਹੋ ਗਈ ਸਰਕਾਰ ਇਹ ਵਗਾ ਇਸ ਵਾਰ ਕੀ ਆਪਣਾ ਰੋਲ ਅਦਾ ਕਰੇਗੀ ਇਹ ਤੋਂ ਆਣ ਵਾਲਾ ਟਾਈਮ ਦੱਸੇਗਾ ਪਰ ਕਿਤੇ ਨਾ ਕਿਤੇ ਇਹ ਕਹਿ ਸਕਾਂ ਬਈ ਇਹ ਪਾਰਟੀਆਂ ਵਾਸਤਾ ਬੜੀ ਮੁਸ਼ਕਲ ਖੜੀ ਹੋ ਗਈ ਜਿਹੜੀਆਂ ਪਾਰਟੀਆਂ ਇਹ ਤੱਕ ਗਈਆਂ ਨਹੀਂ ਥਾ ਸੰਜੇ ਰਾਉਤ ਪਹੁੰਚ ਗਿਆ ਉੱਥਾ ਔਰ ਕੈਪਟਨ ਨੇ ਕੱਲ ਆਲ ਪਾਰਟੀ ਮੀਟਿੰਗ ਯੋ ਰੱਖੀ ਆ ਇਸ ਕੇ ਚੋਂ ਆਮ ਆਦੀ ਪਾਰਟੀ ਨੇ ਕੱਲ ਫੇਰ ਬਣਾ ਝੋਲਾ ਚੱਕਾ ਸਾਈਡ ਵਾ ਨਿਕਲ ਗਏ ਯੋ ਕਹਰੇ ਕੰਮ ਮੰਨੇ ਤੋਂ ਕਹਾ ਯੋ ਰਾਜੇ ਨੂੰ ਕਹਦਾ ਵੀ ਪਰਚੀ ਲਿਖ ਜਿਹੜੀ ਬਣਾ ਰਹੇ ਕਹਾ ਇਸ ਕੇ ਵਿੱਚ ਵੀ ਆਪਾਂ ਦਿੱਲੀ ਵੀ ਜਾ ਕੇ ਆਵਾਂਗੇ ਰਾਜ ਨੇ ਕਹਾ ਮੈਰੀ ਮੰਨੀ ਨਹੀਂ ਕਾ ਬਾਤ ਕਹਾ ਯੋ ਫਿਰ ਬੈਦਾ ਕਹਾ ਮੈਨੂੰ ਬੁਲਾਣੇ ਕਾ ਜੇ ਮੈਰੀ ਬਾਤ ਸੂਟ ਨਹੀਂ ਹੈ ਨਹੀਂ ਫਿਰ ਯੋ ਕਿਆ ਫਾਇਦਾ ਕਾ ਮਾਰੇ ਭਗਵਾਨ ਤਮਾਨ ਜੀ ਕਾ ਇਹਨਾਂ ਨੂੰ ਤਾਂ ਜਾਣਾ ਤਾਂ ਦਿੱਲੀ ਕਾ ਯੋ ਚਲੇ ਗਿਆ ਬਸ ਇਤੇ ਬਾਅਦ ਕਹਾ ਰਾਜਾ ਕਿਸੇ ਸੁਣੀ ਨਹੀਂ ਕਾ ਕਿਸੇ ਦੀ ਬਾਤ ਇਹ ਕੋ ਬਾਤ ਬਣਾ ਅਰ ਉਦਰ ਸੁਤੰਤਰ ਇਹ ਜਿਹੜਾ ਪੱਤਰਕਾਰ ਮਨਦੀਪ ਪੁੰਨਿਆ ਇਹ ਰੋਣੀ ਕੀ ਦਾਲਤ ਨੇ 25000 ਕੇ ਨਿਜੀ ਮਚਾਲ ਕੇ ਪਾ ਜਮਾਨਤ ਦੇਦੀ ਕਿਸਾਨ ਅੰਦਲੋਂ ਕਾਰਵਾਈ ਕਰ ਰਿਆ ਦਾ ਇਹ ਪੱਤਰਕਾਰ ਦਿੱਲੀ ਪੁਲਿਸ ਨੇ 31 ਦਿਨ ਚੱਕਿਆ ਦਾ ਅਰ ਪੁੰਨਿਆ ਨੂੰ ਸਿੰਘੂ ਬਾਰਡਰ ਪਾ ਦਿੱਲੀ ਪੁਲਿਸ ਨੇ ਦੁਰਵਿਵਹਾਰ ਦਾ ਦੋਸ਼ ਲਾਇਆ ਇੱਥੇ ਪਹਿਲਾ ਪੁੰਨਿਆ ਨਾ ਇੱਕ ਹੋਰ ਪਤਾ ਤਰਬਿੰਦਰ ਇਹ ਵੀ ਚੱਕ ਲਿਆ ਦਾ ਵੀਰ ਇਹਨੂੰ ਛਾੜਦੇ ਦਾ ਇਹ ਮਾਫੀ ਵੀ ਮੰਗਾਵਾ ਕੇ ਛਾੜਦੇ ਦਾ ਪਰ ਇਸ ਨੂੰ ਚੱਕ ਅੰਦਰ ਦਿਆ ਆਰ ਇਸ ਕੀ ਹੋ ਗਈ ਈਵ ਜਮਾਨਤਾ ਆਰ ਸੰਗਠਿਤ ਕਿਸਾਨ ਮੋਰਚੇ ਯੋ ਇਹਨਾਂ ਨੇ ਕੱਲ ਫੇਰ ਪ੍ਰੈਸ ਕਾਨਫਰੰਸ ਦੀ ਕਰੀ ਸ਼ਾਮ ਟਾਈਮ ਬੈਠੇ ਤੇ ਫੇਰ ਯੋ ਆਰ ਯੋ ਕਾਰੇ ਵੀ ਕਿਸਾਨ ਕਾਜੜੇ ਉਹ ਕਰ ਰਹੀ ਨਾ ਕੰਮ ਟੋਏ ਪੱਟ ਰਹੀ ਸੜਕਾਂ ਲਾ ਯੋ ਕੰਡਾ ਤਾਰ ਲਾ ਰਹੀ ਕਾ ਛੋਟੀਆਂ ਛੋਟੀਆਂ ਸੜਕਾਂ ਅੰਦਰੂਨੀ ਸੜਕਾਂ ਨੂੰ ਬੰਦ ਕਰਤੇ ਇੰਟਰਨੈਟ ਸੇਵਾ ਬੰਦ ਕਰਤੇ ਸੰਗਠਿਤ ਕਿਸਾਨ ਮੋਰਚੇ ਵੱਖ-ਵੱਖ ਥਾਣਿਆਂ 'ਵਾਂਗ ਮਾਰੇ ਪ੍ਰਦਰਸ਼ਨ ਕਰੀ ਸਾਥੀਆਂ ਨੂੰ ਬੰਦ ਕਰਿਆ ਵਾ ਗੱਡੀਆਂ ਬੰਦ ਕਰਤੇ ਸਖਤ ਨਕੇਸੀਗਰ ਟਰੈਕਟਰ ਬੰਦ ਕਰਤੇ ਅਰੇ ਦੂਸਰੇ ਪਾਸਾ ਕਾ ਵੀ ਅਸਲ ਦੋਸ਼ੀ ਬਿਨਾ ਗ੍ਰਿਫਤਾਰੀ ਕੇ ਯਾ ਸਖਤ ਕਾਰਵਾਈ ਤੇ ਭਾਰ ਕੁੰਬਰੇਗਾ ਯੋ ਕਰੇ ਵੀ ਜੋ ਵੀ ਸਾਥ ਹੋ ਸਗਾ ਕਿਸਾਨ ਕਾ ਇਸ ਨੂੰ ਕਾ ਖਤਮ ਕਰਨਾ ਚਾਹੇਗਾ ਕਿਸਾਨੀ ਅੰਦੋਲਨ ਖਤਮ ਕਰ ਦੇ ਚੱਕਰ ਵਿੱਚ ਸਾਰਾ ਕੰਮ ਕਰ ਰੇ ਕਿਸਾਨ ਲੀਡਰਾਂ ਨੇ ਕਿਹਾ ਕਾ ਵੀ ਸਰਕਾਰ ਗੱਲਬਾਤ ਕਾ ਕੋਈ ਰਸਮੀ ਪ੍ਰਸਤਾਵ ਨਹੀਂ ਆਇਆ ਕਾ ਵੀ ਸਪਸ਼ਟ ਕਹਿ ਦਿਆਂ ਵੀ ਗੱਲਬਾਤ ਬਸ ਸਾਰੇ ਕਿਸਾਨਾਂ ਬਿਨਾ ਸ਼ਰਤ ਰਿਹਾ ਕਰੋ ਪਹਿਲਾਂ ਤੋਂ ਯੋ ਟਕਾਇਤ ਵੀ ਕਰੇ ਦਾ ਕਾਲਾ ਮੈਂ ਬੰਦੇ ਛੱਡੋ ਮਾਰੇ ਮੈਂ ਤਾਂ ਸਮਝਵਾ ਨਹੀਂ ਪਹਿਲਾ ਯੋ ਉਥਾ ਯੋ ਕਿਹੜਾ ਆਇਆ ਲੰਬੜਦਾਰ ਇਸ ਨੂੰ ਪੁੱਛਿਆ ਜਿੱਦਣ ਯੋ ਗੇਰ ਦੇ ਪਟਾਕੇ ਬਟੂਕੇ ਚਰਾ ਰਹੇ ਤੇ ਥਾ ਯੋ ਦਿੱਲੀ ਉਥਾ ਲਾਲ ਕਿਲੇ ਪਰ ਉਸ ਨੂੰ ਪੁੱਛਿਆ ਰਾਜੇ ਵਾਲ ਨੂੰ ਕਾਜੀ ਉਹ ਕੌਣ ਕਾਜੀ ਤੁਹਾਰੇ ਬੰਦੇ ਹੈ ਨਹੀਂ ਇਹ ਬੁਕਾਰੇ ਮਾਰੇ ਬੰਦੇ ਛੱਡੋ ਮੈਂ ਤੁਸੀ ਸਮਝਵਾ ਨਹੀਂ ਆਂਦੀ ਕੌਣ ਸੱਚ ਕੌਣ ਝੂਠ ਬੋਲ ਰਿਹਾ ਵੀਰ ਚਲੋ ਘਰ 122 ਅੰਦੋਲਨ ਕਰਨੀ ਸੂਚੀ ਤਿਆਰ ਕਰ ਲਈ ਉਹ ਦਿੱਲੀ ਪੁਲਿਸ ਵਾਲਿਆਂ ਕਾਜੀ 122 ਬੰਦਾ ਆਇਆ ਤਾਂ ਕਾ ਮੇਰਾ ਚੱਕ ਅੰਦਰ ਦੇ ਆ ਮਦ ਆਹ راستਮਾ ਲਏ ਬੇ আর ਤੁਰੰਤ ਕਾਰਵਾਈ ਜਿਹੜੀ ਕਰੀ ਨਾ ਰਿਹਾ ਕਰਨੇ ਦੀ ਬਾਤ ਕਰੀ ਯਾਰ ਕਿਸਾਨ ਲੀਡਰਾਂ ਪੱਤਰਕਾਰਾਂ ਦੇ ਉੱਪਰ ਹਮਲੇ ਦੀ ਨਿੱਦਾ ਕਰੀ ਵੀ ਜਿਹੜੇ ਪੱਤਰਕਾਰਾਂ ਬਾਤ ਆ ਹਮਲੇ ਕਰ ਰਹੇ ਜੋ ਗਲਤ ਬਾਤ ਇਹੋ ਨਹੀਂ ਹੋਣਾ ਚਾਹੀਦਾ ਆ 6 ਤਰੀਕ ਨੂੰ 12 ਵਜੇ 6 6 ਫਰਵਰੀ ਵਾਲੇ ਦਿਨ 12 ਵਜੇ ਲੈ 3 ਵਜੇ ਚੱਕਾ ਕਰਗੇ ਜਾਮ ਯੋ ਪਤਾ ਨਹੀਂ ਚੱਕਾ ਕਿਹੜਾ ਜਾਮ ਹੋਵੇਗਾ ਕਿੱਥਾ ਹੋਵੇ ਯੋ ਵਾਲੇ ਕੰਡੀਸ਼ਨਲ ਦੂਸਰਾਂ ਦੱਸਿਆ ਇਹਨੇ ਬਸ ਚੱਕਾ ਜਾਮ ਹੋਵੇਗਾ ਯੋ ਬਾਤ ਕਲੀਅਰ ਕਰਤੀ ਆ ਟਵਿੱਟਰ ਦੇ ਅਕਾਊਂਟ ਕਈਆਂ ਕੱਲ ਬੰਦ ਕਰਤੇ ਫੇਰ ਖੋਲਤੇ ਆਰ ਕਈਆਂ ਕੇ ਹਲੇ ਖੁੱਲੇ ਹੈ ਨਹੀਂ ਆਰ ਵੀਰੋ ਕੈਪਟਨ ਨੇ ਜੋ ਸਰਬਾਰ ਵੀ ਪਾਰਟੀ ਮੀਟਿੰਗ ਬੁਲਾਈ ਜਿਸ ਕੇ ਵਿੱਚ ਮ Kisan Andolan ਬਚਾਰਚਾ ਹੋਈ ਆ ਰਾਜਾ ਕਹ ਰਿਹਾ ਪਾਕਿਸਤਾਨ ਕਾ ਹੱਥ ਹੋ ਸਕਾ ਅੰਦੋਲਨ ਦੇ ਵਿੱਚ ਮ ਉਸकी ਅੱਖ ਰਾਜਾ ਇਹ ਕਹ ਰਿਹਾ ਆਰ ਨਜ਼ਰਦਾਰ ਨਿਕਾਸ਼ ਕੀ ਹਰਕਤਾਂ ਨੂੰ ਕਰਿਆ ਜਾ ਸਕਦਾ ਕਾ ਬੈਟਕ ਪਾਕਿਸਤਾਨ ਨੂੰ ਕਾ ਵੀ ਖਤਰੇ ਦੇ ਇਹ ਇਹ ਕੱਟ ਨਹੀਂ ਸਮਝਣਾ ਜੇ ਪਾਕਿਸਤਾਨ ਵਾਲੇ ਵੀ ਆ ਐ ਡਰੋਨ ਗਾਇਲੋ ਹਤਿਆਰਾ ਕਾਲ ਗੋਲਾ ਬਰੂਦ ਆ ਰਿਹਾ ਕਾ ਇਹ ਲੋਕਾਂ ਧਿਆਨ ਉਧਰ ਕਾਇਦ ਰਿਹਾ ਪਦੀ ਕਿਹੜੀ ਖੱਡਾਂ ਮੇ ਲਿਆਰੇ ਮਾਲ ਕੱਟ ਕੱਟਗਾ ਇਹੋ ਕਿਸਾਨ ਅੰਦੋਲਨਵਾਰਾ ਸਰਵ ਪਾਰਟੀ ਮੀਟਿੰਗ ਸਦੀ ਰਾਜੇ ਨੇ ਆਰ ਕੇਂਦਰ ਕੇ ਤੀਨੇ ਖੇਤੀ ਕਰਨ ਬਾਤ ਕਰਨ ਵਾਸਤਾ ਐ ਐਮ ਐਸ ਪੀ ਗਰੰਟੀ ਲੈਣ ਵਾਸਤਾ ਯੋ ਬਾਤ ਕਰੀ ਔਰ ਮਤੇ ਮਾ ਯੋ ਕਾਰੇਗਾ 26 ਜਨਵਰੀ ਦਿੱਲੀ ਮਾ ਜਿਹੜੀ ਜੜੀ ਉਹ ਹੋਈ ਤੀ ਹਿੰਸਾ ਇਸ ਕੇ ਵਿਚ ਮਾ ਆਯੋ ਜ ਜਾਂਚ ਕਰੋ ਔਰ ਯੋ ਜਿਹੜੇ ਅੰਦੋਲਨ ਕਰ ਰਹੇ ਯੋ ਜਿਹੜੇ ਕਿਸਾਨ ਤੇ ਇਨਾਂ ਕੇ ਪਰਚੇ ਕਰੀ ਪਰਚੇ ਵਾਪਸ ਕਰੋ ਤੁਰੰਤ ਜੇਲਾ ਤੇ ਇਨਾਂ ਨੂੰ ਰਿਹਾ ਕਰੋ यो मांग राजी ने करी और यो मांग हले मतलब करी हले यो पास होवेगी कद होवेगी यो बात काले पक्का पता नहीं मेरा चलो घर और इसके गल गल थाने दस दिया यो पाकिस्तान इंटरनेशनल एयरपोर्ट एयरलाइंस का जहाज यो कहा भी दुनिया में जाके बन गया यो पाकिस्तानी इंटरनेशनल जहाज इना की एयर होस्ट एक यो ट्रेंटो वाला जड़ा हमारा यो पियर्सन एयरपोर्ट उड़े लापता हो गई पता नहीं किधर लंग गई केड़े खल में लुगी जाका ਯੋ ਪੀਏ ਕੇ ਵਿੱਚ ਮੈਂ ਕੰਮ ਕਰ ਰਹੀ ਸੀ ਪੀਆਈਏ ਯੋ ਜਿਹੜਾ ਮਤਲਬ ਇਹ ਤਾਂ ਪਹਿਲੇ ਗਿਆ ਵੀ ਪੀਆਈਏ ਪੀ ਕਾ ਆਈਏ ਬਤਲ ਪਹਿਲੇ ਪੀ ਕਾ ਹੋ ਹਰ ਇੱਕ ਕਰਮਚਾਰੀ ਇਸ ਦਾ ਲਾਪਤਾ ਹੋ ਗਿਆ ਹਰ ਪੀਆਈਏ ਕੇ ਬੁਲਾਰੇ ਆ ਰੇ ਰੋਸ ਇਹ ਲਾਪਤਾ ਹੋਣੇ ਖਬਰ ਦਈ ਯਾਰ ਉੱਥਾ ਦੱਸਿਆ ਜੀ ਤਾਂ ਗੁੰਮ ਗਈ ਕੁੜੀ ਵੇ ਕਿੱਥਾ ਲੰਘ ਗਈ ਹਰ ਯੋ ਜੀਓ ਨਿਊਜ਼ ਰਿਪੋਰਟ ਕੇ ਇਹਨਕੇ ਸਾਰ 에ਅਰ ਹੋਸਟ ਟ੍ਰਾਂਟੋ ਕੇ ਫਲਾਈਟ ਨੰਬਰ ਪੀ ਕੇ 797 ਕਰਾਚੀ ਪਹੁੰਚੀ ਔਰ ਫਿਰ ਬਾਕਸ ਕਾ ਕਰਾਚੀ ਤੇ ਉੜ ਗਈ ਕਹਾ ਬਾਬ ਸੇ ਨਹੀਂ ਆਈ ਮੁੜ ਕੇ ਕਾਪੜੇ ਕਿਹੜੇ ਖਾਡਾ ਲੋਗੇ ਜਾ ਕਾ ਕਾ ਇਹ ਲਬਰੇ ਕਾਬੰਦੇ ਲਾਇ ਬਹੁਤ ਹਾਂ ਰੁਦਰ ਕੈਨੇਡਾ ਗਾ ਇਮੀਗ੍ਰੇਸ਼ਨ ਨਾ ਨਰਪੋਰਟ ਆ 30 ਨੇਸੀ ਕੀ ਜਾਣਕਾਰੀ ਦਈਆ ਸੂਤਰਾ ਗਨਸਾਰ ਦਸਰਿਆ ਵੀ ਇਹ ਰੋਸਤਾ ਵੀ ਕੈਨੇਡਾ ਕੀ ਨਾਗਰੀਕਤਾ ਲੈਣ ਕੇ ਚੱਕਰੋਂ ਕੋ ਮਰੀ ਗਾਇ ਸੀ ਗਾ ਗੁੰਮ ਹੋ ਗਈ ਥਾ ਜਾਗਾ ਯੋ ਤਾਨੂੰ ਮੈਂ ਦਾਦਾ ਯੋ ਚੰਦ ਕੋ ਨਮਾ ਨਹੀਂ ਚੜਿਆ ਪਾਕਿਸਤਾਨ ਵਾਲਾ ਪਹਿਲਾਂ ਚੜਿਆ ਤਾ ਇਨਕੇ ਜਹਾਜ਼ ਮਲੇਸ਼ੀਆ ਨੇ ਲੀਜ਼ ਪਰ ਰਕਮ ਕੇ ਪੈਸੇ ਦੇਈ ਯੋ ਜਹਾਜ਼ੇ ਖੜਾ ਕਰ ਲਿਆ ਕਾ ਬੀ ਚਲੋ ਵੀਰ ਯਾ ਜੇ ਖੜਾ ਕਰ ਜੇ ਪੈਸੇ ਹੋਣਗੇ ਪੈਸੇ ਦੇ ਦਿਓ ਜਹਾਜ਼ ਲੈ ਜਿਓ ਇਹੋ ਕੰਮ ਹੋਇਆਦਾ ਚਲੋ ਵਿਚਾਰੇ ਮਾੜੇ ਦੌਰ ਮਖਮਰੇ ਹਲੇ ਇਨਕਾ ਹਾਲ ਕੋਈ ਜ਼ਿਆਦਾ ਵਧੀਆ ਹੈ ਨਹੀਂ ਪਰ ਕੁੜੀ ਤੋਂ ਫਿਰ ਪੀਆਰ ਕਰਕੇ ਮੁੜੇਗੀ ਜੋ ਕਹਿ ਸਕਾਂ ਵੀ ਇਹ ਹੌਸਟ ਜੇ ਕਾਰੀ ਕਰ ਕਿੱਥਾ ਰੋਜ਼ ਰੋਗਾ ਕਲੇਸ਼ ਕਰਾਚੀ ਤੇ ਪਾਕਿਸਤਾਨ ਇਹ ਕਰਾਚੀ ਤੇ ਕੈਨੇਡਾ ਕੈਨੇਡਾ ਤੇ ਕਰਾਚੀ ਇਹ ਕੈਨੇਡਾ ਹੀ ਰਹਿ ਗਈ ਪੱਕੀ ਗਾਉਰਾ ਦੇਖੋ ਜੇ ਪੱਕਾ ਹੋ ਗਿਆ ਕੰਮ ਚਲੋ ਘਰ ਲਾਡਾ ਡਿਸਕਸਰ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਆਪਾਂ ਹੋਰ ਗੱਲਾਂ ਬਾਰੇ ਥਾਰੇ ਗੱਲ ਬਾਤਚੀਤ ਕਰਾਂਗੇ ਔਰ ਕਈ ਬਾਤਾਂ ਜਿਹੜੀਆਂ ਆਪਾਂ ਥਾਰੇ ਗੱਲ ਫੋਨ ਕੇ ਉੱਪਰ ਵੀ ਸਾਂਝਿਆ ਕਰਾਂਗੇ ਸੁਖਵੀਰ ਬਾਦਲ ਕੀ ਇਹ ਗੱਡੀ ਕੇ ਉੱਪਰ ਜਿਹੜਾ ਹਮਲਾ ਇਸ ਕੇ ਉੱਪਰ ਵੀ ਆਪਾਂ ਥਾਰੇ ਗੱਲ ਫੋਨ ਪਰ ਸਿੱਧੀ ਗੱਲਬਾਤ ਕਰਾਂਗੇ ਆਪਾਂ ਜਾਣਾਂਗੇ ਥਾਰੇ ਤਰਕ ਕਿਆ ਔਰ ਥਾਰੇ ਮਨ ਕੇ ਵਿਚਾਰ ਕੇ ਆਇਓ ਟੈਲੀਫੋਨ ਕੇ ਕੱਲ ਆਪਾਂ ਖੋਲੇਗੇ ਪਰ ਇਸ ਤੇ ਪਹਿਲਾਂ ਆਪਾਂ ਇੱਕ ਛੋਟੀ ਜੀ ਬ੍ਰੇਕ ਲਵਾਂਗੇ ਬ੍ਰੇਕ ਤੇ ਬਾਅਦ ਫਿਰ ਆਪਾਂ ਇਹ ਗੱਲਾਂ ਬਾਤਾਂ ਥਾਰੇ ਗੱਲ ਤੇ ਚਲੇਗੇ ਆ ਲਾਡਾ ਡਿਸਕਰੀਡਿਟ ਪ੍ਰੋਗਰਾਮ ਦੇ ਵਿੱਚ ਵੀ ਇੱਕ ਛੋਟੀ ਜਿਹੀ ਬ੍ਰੇਕ ਬ੍ਰੇਕ ਤੇ ਬਾਅਦ ਥਾਰੇ ਗਾਲੀ ਇਸੇ ਤਰ੍ਹਾਂ ਇਸ ਪ੍ਰੋਗਰਾਮ ਨੂੰ ਅੱਪਾ ਅੱਗਾ ਲੈ ਕੇ ਚੱਲਣਗੇ